ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਵਿੱਚ ਫਿਰੋਜ਼ਪੁਰ ਆਰਮੀ ਭਰਤੀ ਜਿਹੜੀ ਆ ਵੀਰ ਜੀ ਚੱਲ ਰਹੀ ਆ ਅੱਜ ਪਹਿਲਾ ਗਰੁੱਪ 도ੜਿਆ ਆ 8:10 ਮਿੰਟ ਤੇ 도ੜਿਆ ਆ ਤੇ ਵੀਰ ਜੀ 8:15 ਮਿੰਟ ਗਰੁੱਪ ਪੂਰਾ 도ੜ ਚੁੱਕਾ ਆ ਤੇ तकरीबन 50 ਮੁੰਡੇ तकरीबन ਹਰ ਗਰੁੱਪ ਚ 50 ਮੁੰਡੇ ਚੁੱਕੇ ਨੇ ਪਹਿਲਾ ਗਰੁੱਪ ਹੀ ਜੇ ਦੌੜਿਆ ਤਾਂ ਬਾਕੀ ਹੁਣ ਪਤਾ ਲੱਗੇਗਾ ਕਿ ਕਿੰਨੇ ਮੁੰਡੇ ਚੁੱਕਦੇ ਆ ਤੇ ਟਾਈਮ ਦੀ ਗੱਲ ਕੀਤੀ ਜਾਵੇ ਤਾਂ ਵੀਰ ਜੀ 5:45 ਦਾ ਮੈਂ ਆਪਣੀ ਘੜੀ ਤੇ ਟਾਈਮ ਲਾਇਆ ਸੀ ਪੂਰਾ 5:45 ਦਾ ਟਾਈਮ ਮਿਲਿਆ ਆ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆ ਬਾਕੀ ਮੁੰਡੇ ਜਿਹੜੇ ਕਿੰਨੇ ਦੌੜਾਇਆ ਇਹਦਾ ਕੋਈ ਪੱਕਾ ਪਤਾ ਨਹੀਂ ਲੱਗਾ ਕਿਉਂਕਿ ਮੁੰਡੇ ਗਿਨੇ ਨਹੀਂ ਗਏ ਕਿੰਨੇ ਸੀ ਬਟ ਇੰਨਾ ਹੀ ਸੀ ਜੀ 100 ਤੋਂ ਉੱਪਰ ਮੁੰਡਾ ਸੀ 100 150 ਤੁਸੀਂ ਤਕਰੀਬਨ ਲਾ ਸਕਦੇ ਹੋ ਤੇ ਬਾਕੀ ਵਧੀਆ ਭਰਤੀ ਹੋਈ ਆ ਮੇਨ ਗੱਲ ਜਿਹੜੀ ਸਭ ਤੋਂ ਵੱਡੀ ਮੈਨੂੰ ਵਧੀਆ ਲੱਗੀ ਆ ਉਹ ਲੱਗੀ ਆ ਕਿ 5 45 ਦਾ ਟਾਈਮ ਮਿਲਿਆ ਆ ਇਹ ਨਹੀਂ ਆ ਕਿ ਟਾਈਮ ਘਟ ਦਿੱਤਾ ਗਿਆ 5 45 ਦਾ ਟਾਈਮ ਦਿੱਤਾ ਗਿਆ ਆ ਬਾਕੀ ਜਦੋਂ ਪਹਿਲੇ ਗਰੁੱਪ ਵਾਲੇ ਮੁੰਡੇ ਜਿਹੜੇ ਰਹਿ ਗਏ ਨੇ ਉਹ ਬਾਹਰ ਆਉਂਦੇ ਆ ਤੇ ਉਹਦੀ ਜਿਹੜੀ ਜਾਣਕਾਰੀ ਤੁਹਾਨੂੰ ਮੈਂ ਸਾਰੀ ਸਾਂਝੀ ਕਰਕੇ ਦੱਸਾਂਗਾ ਤੇ ਬਾਕੀ ਵੀਰ ਜੀ ਇੱਥੇ ਵੀਡੀਓ ਬਿਲਕੁਲ ਨਹੀਂ ਬਣਾ ਦਿੰਦੇ ਵੀਡੀਓ ਤੇ ਸਖਤ ਬਣਾਈਆਂ ਬਿਲਕੁਲ ਸਖਤ ਬਹੁਤ ਜ਼ਿਆਦਾ ਸਖਤੀ ਨਾਲ ਬਣਾਈਆਂ ਤੇ ਵੀਰ ਜੀ ਮਾਸਕ ਜ਼ਰੂਰ ਪਾ ਕੇ ਆਇਓ ਮਾਸਕ ਤੋਂ ਬਿਨਾ ਐਂਟਰੀ ਕੀ ਅੰਦਰ ਤੇ ਮੈਂ ਕਹਿੰਨਾ ਕੁੱਟਦੇ ਬਹੁਤ ਆ ਤੇ ਦੂਸਰੀ ਗੱਲ ਇਹ ਆ ਕਿ ਵੀਰ ਜੀ ਕਰੋਨਾ ਰਿਪੋਰਟ ਗੇਟ ਦੇ ਉੱਤੇ ਐਂਟਰੀ ਦੇ ਟਾਈਮ ਹੀ ਤੁਹਾਨੂੰ ਚਾਹੀਦੀ ਹੈ ਕਰੋਨਾ ਰਿਪੋਰਟ ਤੇ ਇੱਕ ਕਰੋਨਾ ਰਿਪੋਰਟ ਇੱਕ ਐਡਮਿਟ ਕਾਰਡ ਤੇ ਇਹ ਦੋ ਚੀਜ਼ਾਂ ਬਹੁਤ ਜ਼ਰੂਰੀ ਨੇ ਤੇ ਇੱਕ ਨੋ ਰਿਸਕ ਸਰਟੀਫਿਕੇਟ ਬਹੁਤ ਜ਼ਰੂਰੀ ਹੈ ਵੀਰ ਜੀ ਨੋ ਰਿਸਕ ਮਤਲਬ ਨੋ ਕਲੇਮ ਸਰਟੀਫਿਕੇਟ ਕਿ ਕੱਲ ਨੂੰ ਕੋਈ ਗੱਲਬਾਤ ਹੋ ਜਾਂਦੀ ਹੈ ਤੇ ਫੌਜ ਉਸ ਦੀ ਜ਼ਿੰਮੇਵਾਰ ਨਹੀਂ ਹੋਏਗੀ ਇਹੀ ਸਰਟੀਫਿਕੇਟ ਹੁੰਦਾ ਆ ਤੇ ਵੀਰ ਜੀ ਮੈਂ ਪਹਿਲੇ ਗਰੁੱਪ ਦੀ ਗੱਲ ਦੱਸਦਾ ਵਾਂ ਪਹਿਲਾ ਗਰੁੱਪ ਜਿਹੜਾ ਆ 8 ਵਜੇ ਤਕਰੀਬਨ 7-8 ਮਿੰਟ ਤੇ 도ੜਿਆ ਸੀ ਤੇ ਬਹੁਤ ਹੀ ਵਧੀਆ ਗਰੁੱਪ ਧੋੜਿਆ ਐਵੇਂ ਕਹੀਏ ਬਹੁਤ ਹੀ ਲੀਡ ਨਹੀਂ ਪਈ ਇੰਨਾ ਕੋਈ ਖਾਸ ਨਹੀਂ ਸੀ ਵਧੀਆ ਗਰੁੱਪ ਧੋੜਿਆ ਤੇ ਗਰੁੱਪ ਪਹਿਲਾ ਜਿਹੜਾ ਜੀਡੀ ਦਾ ਸੀ ਵੀਰ ਜੀ ਜੀਡੀ ਦਾ ਜੀਡੀ ਦਾ ਜਰਨਲ ਡਿਊਟੀ ਵਾਲਿਆਂ ਦਾ ਗਰੁੱਪ ਸੀ 5 45 ਦਾ ਉਹਨਾਂ ਨੂੰ ਪੂਰਾ ਟਾਈਮ ਦਿੱਤਾ ਗਿਆ ਤਕਰੀਬਨ 50 51 ਮੁੰਡੇ ਕਿਉਂਕਿ ਇੱਕ ਦੋ ਗਿਣ ਚ ਮੈਨੂੰ ਵੀ ਮਿਸ ਹੋ ਸਕਦਾ ਮੇਰੇ ਖਿਆਲ ਨਾਲ 50 51 ਮੁੰਡੇ ਹੈਗੇ ਸੀ ਪਹਿਲੇ ਗਰੁੱਪ 'ਚ ਜਿਹੜੇ 32 31 ਮੁੰਡੇ ਸੀ ਬਾਕੀ ਜਿਹੜੇ 20 22 ਮੁੰਡੇ ਉਹ ਦੂਸਰੇ ਦੂਜੇ ਗਰੁੱਪ 'ਚ ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ ਐਕਸਲੈਂਟ 'ਚ ਵਿੱਚ 30 ਮੁੰਡੇ ਸੀ ਦੂਸਰੇ ਗਰੁੱਪ ਵਿੱਚ ਜਿਹੜੇ ਇਹੋ 20 ਕੁ ਮੁੰਡੇ ਸੀ ਪਹਿਲੇ ਐਕਸਲੈਂਟ ਵਾਲਾ ਜਿਹੜਾ ਹੀ ਉਹਨਾਂ ਨੂੰ 5 30 ਤੱਕ ਟਾਈਮ ਦਿੱਤਾ ਗਿਆ 5:30 ਤੋਂ ਬਾਅਦ ਜੀ 5:45 5:30 ਤੋਂ ਲੈ ਕੇ 45 ਤੱਕ ਬਾਅਦ ਚ ਦੂਸਰੇ ਗਰੁੱਪਾਂ ਨੂੰ ਟਾਈਮ ਦਿੱਤਾ ਗਿਆ ਤੇ ਵੀਰ ਜੀ ਵਧੀਆ ਭਰਤੀ ਚੱਲ ਰਹੀ ਹੈ ਹਜੇ ਤੱਕ ਤੇ ਕੋਈ ਦਿੱਕਤ ਨਹੀਂ ਹੈ ਬਾਕੀ ਜਿਹੜੀ ਵੀ ਕੋਈ ਅਪਡੇਟ ਹੋਏਗੀ ਸਾਰੀ ਜਾਣਕਾਰੀ ਦਿੰਦਾ ਰਾਵਾਂਗਾ ਜੇ ਤੁਸੀਂ ਪਹਿਲੀ ਵਾਰੀ ਮੇਰੇ YouTube ਚੈਨਲ ਤੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗੇ ਲਾਈਕ ਜਰੂਰ ਕਰਦੇ ਹੋ ਤੇ ਵੀਰ ਜੀ ਅਗਲੇ ਗਰੁੱਪ ਜਦੋਂ ਧੋੜਦੇ ਆ ਉਹਨਾਂ ਦੀ ਵੀਡੀਓ ਵੀ ਤੁਹਾਡੇ ਨਾਲ ਸਰਜੀ ਕੀਤੀ ਜਾ ਜੇ ਹੋ ਸਕੇ ਤਾਂ ਮੈਂ ਵੀਡੀਓ ਬਣਾ ਕੇ ਅਪਲੋਡ ਕਰਾਂਗਾ ਬਟ ਇੱਥੇ ਬਦੋਤ ਮਣਾਈਆਂ ਆ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੈ ਹਿੰਦ ਦੋਸਤੋ